ਅਸਲਾਮ ਵਾਲੇਕਮ ਦੋਸਤੋ, ਕੀ ਹਾਲ? ਤੁਹਾਡਾ ਭਰਾ ਇਜਾਜ਼ ਤਾਰਾ, ਤੁਸੀਂ ਲੈ ਰਹੇ ਤਾਰਾ ਡੈਗਰੀ ਚੈਨਲ। ਅੱਜ ਅਸੀਂ ਖੜੇ ਹਾਂ ਜਨਾਬੇ ਵਾਲੀ ਕੈਂਪ ਭਰਵਾਉਣਾ, ਸ਼ੋਰਕੋਟ ਦੇ ਕੋਲ, ਝੰਗ ਦੇ ਕੋਲ। ਇੱਥੇ ਮਸ਼ੀਨ ਚੱਲਦੀ ਵੀ ਹੈ ਭਾਈ ਨਵੀਰ ਡਸਕੇ ਵਾਲੇ ਦੀ, 1540 13 ਫੁੱਟ ਬਲੇਟ ਇਹਨਾਂ ਦਾ ਤੁਹਾਨੂੰ ਆ ਰਹੀ ਹੈ, ਅਤੇ 13 ਫੁੱਟ ਬਲੇਟ ਅਸੀਂ 60 ਅਤੇ ਅਸੀਂ 17 ਕੇ ਵੀ ਲੋਕਾਂ ਨੇ ਪਾਏ ਆ। ਉਹਨਾਂ ਦੀ ਸਪੀਡ ਚੈੱਕ ਕਰੋ ਅਤੇ ਇਹਨਾਂ ਦੀ ਚੈੱਕ ਕਰੋ। ਇਹ ਕਰੋੜ ਤੋਂ ਥੱਲੇ ਪੁਰਦੇ ਆ ਅਤੇ ਉਹ ਦੋ ਦੋ ਢਾਈ ਢਾਈ ਕਰੋੜ ਦੇ ਪੁਰਦੇ ਨੇ। ਟੋਰਾ ਚੈੱਕ ਕਰੋ ਮਸ਼ੀਨ ਦਾ, 1540 13 ਫੁੱਟ ਬਲੇਟ ਜਨਾਬ, ਚੈੱਕ ਕਰੋ। ਹਾਂਜੀ ਮਾਸ਼ਾਅੱਲਾ, ਚੈੱਕ ਕਰੋ ਟੋਰਾ ਜਨਾਬ, 1540 ਮਸ਼ੀਨ, ਰੀਕੰਡੀਸ਼ਨ ਮਸ਼ੀਨ ਹੈ। ਤਕਰੀਬਨ ਇਹਦੀ ਜਨਾਬੇ ਵਾਲੀ 90 ਲੱਖ ਰੁਪਈਆ ਡਿਮਾਂਡ ਸੀ, ਤਾਰਕ ਰਿਹਾੜ ਕੋਲ ਆਈ ਸੀ, ਅਤੇ 12 ਫੁੱਟ ਕੱਟਰ ਦਾ, 11 ਫੁੱਟ ਦਾ ਉਹਨਾਂ ਨੇ 13 ਫੁੱਟ ਕੱਟਰ ਕਰ ਦਿੱਤਾ। ਅਤੇ ਮਸ਼ੀਨ ਦਾ ਟੋਰਾ ਚੈੱਕ ਕਰੋ ਜੀ, ਪੂਰੇ ਭਾਰ ਨਾਲ ਜਨਾਬੇ ਵਾਲੀ ਤੀਜੇ ਹਾਈ ਦੇ ਵਿੱਚ ਜਾਂਦੀ ਪਈ ਹੈ ਜਨਾਬੇ ਵਾਲੀ, ਕੋਈ ਬੰਨਾ ਨਹੀਂ ਵੇਖ ਰਿਹਾ ਡਰਾਈਵਰ, ਅਤੇ ਕੈਮਰਾ ਆਪਣੀ ਸਪੀਡ 'ਚ ਜਾ ਰਿਹਾ ਪੂਰੀ ਜੀ। ਚੈੱਕ ਕਰੋ ਮਸ਼ੀਨ ਦਾ, ਅਰਲੀ ਦੀ ਟੋਰ ਚੈੱਕ ਕਰੋ ਜੀ। ਅਤੇ ਐਵੇਂ ਜਨਾਬ ਛੋਟੀਆਂ ਵੱਡੀਆਂ ਮਸ਼ੀਨਾਂ ਦੇ ਪਿੱਛੇ ਪੈਂਦੇ ਆ, ਜਿਹੜੀ ਸਪੀਡ 'ਚ ਜਾ ਰਹੀ ਹੈ ਇਸ ਹਿਸਾਬ ਨਾਲ ਜਨਾਬੇ ਵਾਲੀ ਲੋੜ ਹੀ ਨਹੀਂ। ਆ 3-3 ਕਰੋੜ ਰੁਪਈਏ ਭਰਨ ਦੇ, 1545 ਅਤੇ 1540 ਉਹ ਹੀ ਦੌਰ ਆ ਗਿਆ ਪੁਰਾਣਾ ਜਨਾਬ। ਫਿਰ ਹਾਂਜੀ ਦੋਸਤੋ, ਮਸ਼ੀਨ ਦਾ ਟੋਰਾ ਚੈੱਕ ਕਰੋ ਜਨਾਬੇ ਵਾਲੀ, ਤੀਜਾ ਹਾਈ ਅਤੇ 13 ਫੁੱਟ ਕਟਰ। ਗੱਲ ਕਰਨ ਦਾ ਮਕਸਦ ਹੈ ਤੁਹਾਨੂੰ ਭਰਾਵਾਂ ਨੂੰ ਗੱਲ ਇੱਕ ਟੈਕਨੀਕਲ ਸਮਝਾਉਣ ਦੀ ਗੱਲ ਹੈ ਕਿ ਕਰੋੜ ਤੋਂ ਥੱਲੇ ਰੇਂਜ ਅਤੇ 13 ਫੁੱਟ ਕਟਰ ਅਤੇ ਤੀਜਾ ਹਾਈ ਅਤੇ ਕਣਕ ਜਨਾਬੇ ਵਾਲੀ ਪੂਰੇ ਭਾਰ ਦੀ, ਇਹ ਵੀ ਨਹੀਂ ਕਣਕ ਮਾੜੀ ਹੈ। ਅਤੇ ਉਹ ਜਨਾਬੇ ਵਾਲੀ ਜਿਹੜੀ 3-3 ਕਰੋੜ ਦੀਆਂ ਮਸ਼ੀਨਾਂ ਲੈ ਕੇ 13 ਫੁੱਟ ਕਟਰ 60 ਦੇ ਪਾਏ ਨੇ ਸੀ, ਅਤੇ ਸਪੀਡ 'ਤੇ ਉਹ ਵੀ ਇਸ ਤੋਂ ਤੇਜ਼ ਨਹੀਂ ਕਰ ਸਕਦੇ ਕਿਉਂਕਿ ਬਹੁਤ ਜ਼ਿਆਦਾ ਸਪੀਡ 'ਚ ਮਸ਼ੀਨ ਜਾ ਰਹੀ ਹੈ। ਅਤੇ ਲਿਹਾਜ਼ਾ ਹੁਣ ਦੌਰ ਅਗਲਾ ਚੇਂਜ ਹੋ ਗਿਆ। ਇਹ ਕਦੀ ਹੁੰਦਾ ਜਨਾਬੇ ਵਾਲੀ ਟਰੈਕਟਰ ਛੋਟੇ 'ਤੇ ਫਿਰ ਬੰਦੇ ਜਾਂਦੇ ਨੇ ਬਲਡੋਜ਼ਰਾਂ 'ਤੇ ਰੂਸੀਆਂ 'ਤੇ, ਅਤੇ ਹੱਟ ਕੇ ਫਿਰ ਛੋਟਿਆਂ 'ਤੇ ਆਉਣਾ ਪੈਂਦਾ। ਹੁਣ ਜਦੀਦ ਦੌਰ ਹੋ ਗਿਆ ਜਨਾਬੇ ਵਾਲੀ, ਕਮਾਈ ਘੱਟ, ਖਰਚਾ ਜ਼ਿਆਦਾ ਅਤੇ ਕਮਾਈ ਘੱਟ। ਇਸ ਵਾਸਤੇ ਹੁਣ ਜਿਹੜੀਆਂ ਛੋਟੀਆਂ ਨਵੇਂ ਮੇਰੇ ਭਰਾ ਲੈਣ ਵਾਲੇ ਮਸ਼ੀਨਾਂ ਨਾ ਜੀ, ਉਹ 2.5-3 ਕਰੋੜਾਂ ਤੋਂ ਜਨਾਬੇ ਵਾਲੀ ਹੱਥ ਹੌਲਾ ਰੱਖਿਓ। ਸੀਜ਼ਨ ਵੀ ਇਸ ਟਾਈਮ ਜਨਾਬੇ ਵਾਲੀ ਸਮਝ ਲਓ ਵੀ ਨੇੜੇ ਲੱਗ ਗਿਆ, 5-7 ਦਿਨ ਦਾ ਰਹਿ ਗਿਆ, ਅਤੇ ਤਕਰੀਬਨ ਆਲ ਓਵਰ ਸੀਜ਼ਨ ਐਤਕੀ ਜਨਾਬੇ ਵਾਲੀ ਜਿੰਨੀ ਸੀਜ਼ਨ ਦੀ ਵਾਈ ਸੀ, ਸੀਜ਼ਨ ਬਿਲਕੁਲ ਨਹੀਂ ਲੱਗਾ ਜਨਾਬ, ਬਿਲਕੁਲ ਨਹੀਂ ਲੱਗਾ। ਲੱਗਣ ਤੋਂ ਮਰਾਦ ਇਹ ਵੀ ਨਾ ਰੇਟ ਬਣਿਆ, ਨਾ ਕਮਾਈ ਹੋਈ ਅਤੇ ਨਾ ਕਟਾਈ ਹੋਈ। ਕਿਉਂ ਕਿ ਜ਼ਿੰਦਗੀ ਪੂਰੀ ਦੇ ਵਿੱਚ ਇੰਨੀਆਂ ਬਾਰਿਸ਼ਾਂ ਨਹੀਂ ਹੋਈਆਂ ਜਿੰਨੀਆਂ ਐਤਕੀ ਹੋਈਆਂ ਨੇ। ਇੱਕ ਦਿਨ ਕਟਾਈ, 2 ਦਿਨ ਬਾਰਿਸ਼, 1 ਦਿਨ ਕਟਾਈ, 2 ਦਿਨ ਬਾਰਿਸ਼। ਜਿਉਂ ਜਨਾਬ ਰੋਜ਼ੇ ਮੁੱਕੇ ਨੇ ਈਦ ਆਈ, ਉਸ ਦਿਨ ਤੋਂ ਬਾਅਦ ਜਨਾਬ ਇਹ ਹੀ ਪੋਜੀਸ਼ਨ ਹੈ। ਅੱਜ ਵੀ ਮਸ਼ੀਨਾਂ ਕਟਾਈ ਕਰਦੀ ਪਈਆਂ ਨੇ, ਅੱਜ 1 ਵਜੇ ਚੱਲੀਆਂ ਨੇ, ਰਾਤੀ ਬਾਰਿਸ਼ ਹੋਈ ਹੈ, ਜਨਾਬੇ ਵਾਲੀ ਚਿੱਕੜ ਚਿੱਕੜ ਸੜਕਾਂ ਦੇ ਉੱਤੇ ਖਲੋਤੇ ਆ। ਅਤੇ ਗੱਲ ਕਰਨ ਦਾ ਮਕਸਦ ਇਹ ਕਿ ਵੱਡਿਆਂ ਜਹਾਜ਼ਾਂ ਨੂੰ ਹੁਣ ਛੱਡ ਦਿਓ, ਇਹਨਾਂ ਜਹਾਜ਼ਾਂ ਦੀਆਂ ਕਮਾਈਆਂ ਨਹੀਂ ਜੇ ਰਹਿ ਗਈਆਂ। ਛੋਟਾ ਜਹਾਜ਼ ਲੱਗਿਆ ਜੇ ਇਸ ਟਾਈਮ ਕੈਂਪ ਭਰਵਾਉਣੇ 'ਚ 7000 ਰੁਪਈਏ ਕਿੱਲੇ ਨੂੰ, ਠੀਕ ਹੋ ਗਿਆ। ਅਤੇ ਸਾਡਾ ਜਨਾਬ ਪਰਲੇ ਪਾਸੇ ਜਹਾਜ਼ ਲੱਗਿਆ ਵੱਡਾ 6000 ਰੁਪਈਏ ਨੂੰ, ਦੱਸੋ ਫਿਰ ਕਮਾਈ ਇਸ ਦਾ ਫਰਕ ਹੋਇਆ ਕਿ ਉਸ ਦਾ ਫਰਕ ਹੋਇਆ? ਉਰ ਤਾਂ ਏਸੀ ਚੱਲ ਰਿਹਾ ਜਨਾਬ, ਲੀਟਰ ਤੇਲ ਉਹ ਖਾ ਰਿਹਾ, ਲੀਟਰ ਜਨਾਬ ਉਂਝ ਵੱਧ ਖਾ ਰਹੀ ਹੈ ਵੱਡੀ ਮਸ਼ੀਨ ਹੋਣ ਨਾਲ, ਅਤੇ ਛੋਟੇ ਬੁਲਬੁਲ ਦੇ ਬੱਚੇ ਲਵੋ ਨਵੇਂ ਭਰਾ ਜਿਹੜੇ ਨੇ। ਅਤੇ ਇਸ ਵਾਸਤੇ ਮਹਿੰਗੀਆਂ ਮਸ਼ੀਨਾਂ ਨੂੰ ਹੱਥ ਨਾ ਪਾਇਓ, ਹੁਣ ਅਗਲੇ ਦੌਰ ਮੁੱਕ ਗਏ ਕਮਾਈਆਂ ਵਾਲੇ, ਹੁਣ ਮਸ਼ੀਨਰੀ ਜ਼ਿਆਦਾ ਹੋ ਗਈ ਹੈ, ਸੀਜ਼ਨ ਬਹੁਤ ਸ਼ਾਰਟ ਹੋ ਗਿਆ।
ਇਸ ਵਾਸਤੇ ਛੋਟੀ ਮਸ਼ੀਨ ਲਵੋ, ਟੁਰ ਫਿਰ ਕੇ 4 ਕਿੱਲੇ ਕੱਟ ਕੇ ਤੇ ਕਮਾਈ ਕਰੋ। ਤੇ ਵੱਡੀਆਂ ਮਸ਼ੀਨਾਂ ਦਾ ਮਸ਼ਵਰਾ ਦਿਆਂ ਦਾ ਆਪਣੇ ਸਾਰੇ ਭਰਾਵਾਂ ਫਾਲਵਾਂ ਨੂੰ ਜਿਹੜੇ ਬਾਰ 12 ਦਿਨ ਭਾਅ ਜੀ ਅਸੀਂ ਮਸ਼ੀਨ ਲੈਣੀ ਹੈ, ਮਸ਼ੀਨ ਲੈਣੀ ਹੈ। ਤੁਹਾਡੇ ਸਾਹਮਣੇ ਮਸ਼ੀਨ ਚੱਲ ਰਹੀ ਹੈ, ਮਸ਼ੀਨ ਦਾ ਟੋਰਾ ਚੈੱਕ ਕਰਾਓ ਜਨਾਬ। ਮਾਸ਼ਾਅੱਲਾ, ਕੋਈ ਸਪੀਡ ਤੇਜ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮਸ਼ੀਨ ਦੀ ਚੈੱਕ ਕਰੋ ਜੀ। ਪੂਰੇ ਭਾਰ ਨਾਲ ਤੋਨਾ ਪਾਈ ਹੁੰਦੀ ਹੈ ਜੀ। ਵੇਖੋ ਟੋਰਾ ਸ਼ਹਿਜ਼ਾਦੀ ਦਾ, ਵਾਹ 15-40 ਤੇਰੀ ਮਾਂ ਨਹੀਂ ਜੰਮਣਾ ਤੈਨੂੰ, 15-40 ਮੁੜ ਗੋਰੇ ਇੱਕ ਵਾਰੀ ਜੰਮੀ ਹੈ ਜੀ 15-40। ਕਣਕਾਂ ਦੇ ਉੱਤੇ 70 ਦਾ ਕੀ ਪੋਜੀਸ਼ਨ ਇਸ ਨਾਲ ਟੱਚ ਕਰ ਜੇ। ਵਾਹ 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 ਰਾਣੀਏ, ਨਜ਼ਰ 'ਤੇ ਨਜ਼ਰੇ ਬਾਤੂ ਬਚਾਈ ਅੱਲਾਹ ਤਾਲਾ।